ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਡਿਪਰੈਸ਼ਨ ਦੇ ਸੰਬੰਧਿਤ ਮੈਂ 4 ਕੁ ਪਾਠ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਚੁੱਕਾ ਅਤੇ ਅੱਜ 5ਵਾਂ ਪਾਠ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਕਿਉਂਕਿ ਪਦਾਰਥਵਾਦੀ ਯੁੱਗ ਦੇ ਅੰਦਰ ਆਪਾਂ ਵੇਖ ਰਹੇ ਹਾਂ ਕਿ ਡਿਪਰੈਸ਼ਨ ਹੈ ਬਹੁਤ ਜ਼ਿਆਦਾ। ਤਕਰੀਬਨ ਹਰ 5ਵੇਂ 7ਵੇਂ ਬੰਦੇ ਨੂੰ ਡਿਪਰੈਸ਼ਨ ਦੇ ਅੰਦਰ ਆਪ ਵੇਖ ਸਕਦੇ ਹੋ। ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ, ਹੋਰ ਹੀ ਤਰ੍ਹਾਂ ਦਾ ਜੀਵਨ ਬਤੀਤ ਕਰਦਾ ਹੈ, ਕੋਈ ਰੋਈ ਜਾ ਰਿਹਾ ਹੈ, ਕੋਈ ਹੱਸੀ ਜਾ ਰਿਹਾ ਹੈ, ਜਿਹੜੀਆਂ ਡਿਪਰੈਸ਼ਨ ਦੀਆਂ ਨਿਸ਼ਾਨੀਆਂ ਨੇ। ਅੱਜ ਮੈਂ ਡਿਪਰੈਸ਼ਨ ਦੇ ਸੰਬੰਧ ਵਿੱਚ ਲੰਮੀ ਚੌੜੀ ਕੋਈ ਡਿਟੇਲ ਤੁਹਾਡੇ ਸਾਹਮਣੇ ਨਹੀਂ ਰੱਖਣੀ। ਅੱਜ ਮੇਰੇ ਕੋਲ 31 ਨੁਕਤੇ ਨੇ ਔਰ ਜਿਹੜੇ ਮੈਂ ਨੁਕਤੇ ਹੀ ਤੁਹਾਡੇ ਨਾਲ ਸ਼ੇਅਰ ਕਰਨੇ ਨੇ। ਜੇ ਇੱਕ ਨੁਕਤੇ ਨੂੰ ਮੈਂ ਖਿਲਾਰਨਾ ਸ਼ੁਰੂ ਕਰਾਂ ਤਾਂ ਮੈਨੂੰ ਉਮੀਦ ਹੈ ਕਿ ਇੱਕ ਨੁਕਤੇ ਦੇ ਉੱਤੇ ਮੈਂ ਅੱਧਾ ਘੰਟਾ ਟਾਈਮ ਤੁਹਾਡਾ ਲੈ ਸਕਦਾ, ਪਰ ਮੈਂ ਟਾਈਮ ਵੇਸਟ ਨਹੀਂ ਕਰਨਾ ਚਾਹੁੰਦਾ। 31 ਨੁਕਤੇ ਨੇ, 31 ਨੁਕਤੇ ਨੇ, ਉਹ ਨੁਕਤੇ ਮੈਂ ਕੇਵਲ ਨੁਕਤਿਆਂ ਦੀ ਤਰ੍ਹਾਂ ਚੱਕ ਕੇ ਤੁਹਾਡੇ ਸਾਹਮਣੇ ਰੱਖ ਰਿਹਾ। ਉਮੀਦ ਹੈ ਸੁਣਿਓ ਔਰ ਜੇ ਚੰਗਾ ਲੱਗੇ ਤਾਂ ਉਹਨੂੰ ਆਪਣੀ ਲਾਈਫ ਦੇ ਅੰਦਰ ਅਪਲਾਈ ਵੀ ਕਰਿਓ। ਕਿਸੇ ਹੋਰ ਸੱਜਣ ਮਿੱਤਰ ਭੈਣ ਭਰਾ ਦਾ ਵੀ ਪਲਾ ਹੋ ਸਕਦਾ ਹੋਵੇ ਤਾਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰਿਓ। ਸਭ ਤੋਂ ਪਹਿਲਾ ਨੁਕਤਾ ਹੈ ਜੀ, ਤੁਹਾਨੂੰ ਹਰ ਹਾਲ ਦੇ ਅੰਦਰ ਮੁਸਕਰਾਉਣ ਦੀ ਜਾਚ ਸਿੱਖਣੀ ਚਾਹੀਦੀ ਹੈ, ਖਾਸ ਕਰਕੇ ਉਹਨਾਂ ਦਿਨਾਂ ਦੇ ਅੰਦਰ ਜਦੋਂ ਤੁਹਾਡਾ ਚੁਗਿਰਦਾ, ਤੁਹਾਡਾ ਆਲਾ ਦੁਆਲਾ ਤੁਹਾਨੂੰ ਰਵਾਉਣ ਦਾ ਯਤਨ ਕਰਦਾ ਹੋਵੇ ਔਰ ਤੁਹਾਡੇ ਨੇੜੇ ਤੇੜੇ ਖਲੋਤੇ ਹੋਣ, ਉਹ ਸਾਹਮਣੇ ਖਲੋਤੇ ਹੋਣ, ਤੁਹਾਡੀ ਮੁਸਕਰਾਹਟ, ਤੁਹਾਡਾ ਹੱਸਣਾ ਉਹਨਾਂ ਦੀ ਵੱਖੀ ਦੇ ਅੰਦਰ ਇਸ ਤਰ੍ਹਾਂ ਵੱਜਦਾ ਹੈ ਜਿਵੇਂ ਕੋਈ ਤਿੱਖਾ ਵਰਸ਼ਾ ਵੱਜਾ ਹੋਵੇ। ਹਰ ਹਾਲ ਦੇ ਅੰਦਰ ਮੁਸਕਰਾਉਣ ਦੀ ਆਦਤ ਰੱਖੋ। ਨੰਬਰ 1, ਤੁਹਾਡੇ ਵਿਰੋਧੀ, ਤੁਹਾਡਾ ਮੁਸਕਰਾਉਣਾ ਉਹਨਾਂ ਨੂੰ ਦੁਖੀ ਕਰੇਗਾ, ਤੁਹਾਨੂੰ ਨਹੀਂ। ਅਤੇ ਨੰਬਰ 2 ਦੇ ਉੱਤੇ ਤੁਹਾਡੇ ਮੁਸਕਰਾਉਣ ਦੇ ਨਾਲ ਤੁਹਾਡੀ ਟੈਨਸ਼ਨ ਵੀ ਰਿਲੀਜ਼ ਹੋਏਗੀ, ਪਰ ਤੁਹਾਡੀ ਮੁਸਕਰਾਹਟ ਦੇ ਅੰਦਰ ਸੱਚਾਈ ਹੋਵੇ, ਤੁਹਾਡੀ ਮੁਸਕਰਾਹਟ ਦੇ ਅੰਦਰ ਮੈਲਾਪਣ ਨਾ ਹੋਵੇ। ਮੈਂ ਕਿਸੇ ਵਕਤ ਵੀਡੀਓ ਲਿਆਵਾਂਗਾ ਵੀ ਹੱਸਣਾ ਮੈਲਾ ਵੀ ਹੁੰਦਾ ਹੈ ਅਤੇ ਹੱਸਣਾ ਚੰਗਾ ਵੀ ਹੁੰਦਾ ਹੈ। ਖੈਰ, ਨੰਬਰ 2 ਦਾ ਨੁਕਤਾ, ਗਾਣਾ ਗਾਓ, ਭਾਵੇਂ ਉਹ ਸੱਭਿਆਚਾਰਕ ਹੋਵੇ, ਚੰਗਾ ਹੋਵੇ, ਧਾਰਮਿਕ ਹੋਵੇ, ਸੂਰਬੀਰਤਾ ਵਾਲਾ ਹੋਵੇ, ਕੋਈ ਚੰਗਾ ਜਿਹਾ ਗਾਣਾ ਗਾਓ, ਉਹਨੂੰ ਆਪਣੇ ਅੰਦਰ ਗੁਣ ਗਣਾਉਂਦੇ ਰਹੋ। ਸਮਾਜਿਕ ਹੋਵੇ, ਉਹਨੂੰ ਆਪਣੇ ਅੰਦਰ ਗੁਣ ਗਣਾਓ। ਜੇ ਕੋਈ ਸ਼ਬਦ ਗੁਰਬਾਣੀ ਦਾ ਆਉਂਦਾ ਹੈ ਤਾਂ ਸ਼ਬਦ ਨੂੰ ਆਪਣੇ ਅੰਦਰ ਗੁਣ ਗਣਾਓ। ਗਾਣਾ ਗੁਣ ਗਣਾਉਣ ਦੇ ਨਾਲ, ਸ਼ਬਦ ਗੁਣ ਗਣਾਉਣ ਦੇ ਨਾਲ ਤੁਹਾਡੀ ਟੈਨਸ਼ਨ ਘਟਦੀ ਹੈ, ਡਿਪਰੈਸ਼ਨ ਘਟਦੀ ਹੈ ਅਤੇ ਤੁਹਾਡਾ ਧਿਆਨ ਡਾਈਵਰਟ ਹੋ ਕੇ ਉੱਧਰ ਨੂੰ ਚਲਾ ਜਾਂਦਾ ਹੈ ਜਿਹਨੂੰ ਤੁਸੀਂ ਆਪਣੀ ਜ਼ੁਬਾਨ ਦੇ ਨਾਲ, ਗਲੇ ਦੇ ਨਾਲ ਗੁਣਗੁਣਾ ਰਹੇ ਹੋ। ਨੰਬਰ 3 ਦੇ ਉੱਤੇ, ਕਦੇ ਕਦੇ ਨਾ ਚਾਹੁੰਦਿਆਂ ਵੀ ਜਦੋਂ ਤੁਸੀਂ ਬਿਲਕੁਲ ਪੂਰੀ ਤਰ੍ਹਾਂ ਮੁਕੰਮਲ ਪਰੇਸ਼ਾਨੀ ਦੇ ਅੰਦਰ ਆਪਣੇ ਆਪ ਨੂੰ ਵੇਖਦੇ ਹੋ, ਨਾ ਚਾਹੁੰਦਿਆਂ ਹੋਇਆਂ ਵੀ ਥੋੜ੍ਹਾ ਜਿਹਾ ਝੂਮੋ, ਥੋੜ੍ਹਾ ਜਿਹਾ ਖੁਸ਼ ਹੋਵੋ, ਅਤੇ ਖਾਸ ਕਰਕੇ ਉਹਨਾਂ ਦੇ ਸਾਹਮਣੇ ਜੋ ਤੁਹਾਨੂੰ ਮੁਰਝਾਇਆ ਹੋਇਆ ਵੇਖਣਾ ਚਾਹੁੰਦੇ ਨੇ, ਜੋ ਤੁਹਾਨੂੰ ਤੋੜ ਕੇ ਰਾਜੀ ਨੇ, ਉਹਨਾਂ ਦੇ ਸਾਹਮਣੇ ਗੁਲਾਬ ਦੇ ਫੁੱਲ ਦੀ ਤਰ੍ਹਾਂ ਟਹਿਕਣਾ, ਉਹਨਾਂ ਦੇ ਸਾਹਮਣੇ ਝੂਮਣਾ, ਇਹ ਵੀ ਤੁਹਾਡੀ ਟੈਨਸ਼ਨ ਨੂੰ ਰਿਲੀਜ਼ ਕਰੇਗਾ ਔਰ ਵਿਰੋਧੀਆਂ ਦੇ ਵਿਰੋਧ ਵਿੱਚ ਜਾਏਗਾ। ਨੰਬਰ 4, 1 ਰੱਬ ਤੋਂ ਬਿਨਾਂ ਕਿਸੇ 'ਤੇ ਉਮੀਦ ਨਾ ਰੱਖੋ। ਭਾਵੇਂ ਤੁਹਾਡਾ ਕੋਈ ਕਿੰਨਾ ਵੀ ਸੱਜਣ ਹੈ, ਮਿੱਤਰ ਹੈ, ਭੈਣ ਭਰਾ ਹੈ, ਰਿਸ਼ਤੇਦਾਰ ਹੈ, 1 ਰੱਬ ਤੋਂ ਬਿਨਾਂ ਕਿਸੇ 'ਤੇ ਉਮੀਦ ਨਾ ਰੱਖੋ। ਉਮੀਦ ਰੱਬ 'ਤੇ, ਹਾਂ ਰੱਬ ਉਹਨਾਂ ਨੂੰ ਵਿਚਕਾਰ ਬਹਾਨਾ ਬਣਾ ਕੇ ਖੜਾ ਕਰ ਲਵੇ, ਉਹ ਪਰਮਾਤਮਾ ਦੀ ਮਰਜ਼ੀ, ਪਰ ਤੁਸੀਂ ਜਿਹੜੀ ਆਸ ਰੱਖਣੀ ਹੈ ਉਹ ਕਿਸੇ ਬੰਦੇ ਤੋਂ ਨਹੀਂ, ਪਰਮਾਤਮਾ ਤੋਂ ਸਿੱਧੀ ਰੱਖਣੀ। ਨੰਬਰ 5 ਦੇ ਉੱਤੇ, 1 ਰੱਬ ਤੋਂ ਬਿਨਾਂ ਕਹੋ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ, ਪਰਵਾਹ ਨਾ ਹੀ ਕਿਸੇ ਕੇਰੀ ਬਾਤ ਸੱਚੇ ਨਾ। ਜੇ ਕੋਈ ਕਹੇ ਨਾ ਕਿ ਫਲਾਣਾ ਬੰਦਾ ਇਸ ਤਰ੍ਹਾਂ ਹੈ, ਤੂੰ ਇਸ ਤਰ੍ਹਾਂ ਨਹੀਂ ਕਰੇਗਾ, ਉਹ ਆਹ ਨੁਕਸਾਨ ਕਰ ਦੇਗਾ, ਇਸ ਤਰ੍ਹਾਂ ਕਰ ਦੇਗਾ, ਉਹਨੂੰ ਕਹੋ ਕਿ ਮੈਂ ਕਿਸੇ ਦਾ ਨੁਕਸਾਨ ਕਰਕੇ ਰਾਜ਼ੀ ਨਹੀਂ ਹਾਂ, ਮੈਂ ਕਿਸੇ ਦੇ ਬੁਰੇ ਵਿੱਚ ਨਹੀਂ ਹਾਂ, ਮੈਂ ਕਿਸੇ ਦੇ ਬੁਰੇ ਵਾਸਤੇ ਵਿਰੋਧ ਵਿੱਚ ਨਹੀਂ ਹਾਂ, ਸੋਚਦਾ ਵੀ ਨਹੀਂ ਹਾਂ, ਪਰ ਜੇ ਕੋਈ ਮੇਰੇ ਬਾਰੇ ਸੋਚਦਾ ਹੈ ਉਹਦੀ ਮਰਜ਼ੀ। ਰਹੀ ਪਰਵਾਹ ਦੀ ਗੱਲ, ਪਰਵਾਹ ਮੈਂ ਕੇਵਲ 1 ਸੱਚੇ ਖੁਦਾ ਦੀ ਕਰਦਾ, ਉਸ ਤੋਂ ਬਗੈਰ ਕਿਸੇ ਦੀ ਪਰਵਾਹ ਨਹੀਂ ਕਰਦਾ। ਨੰਬਰ 6 ਦੇ ਉੱਤੇ, ਜੋ ਤੁਹਾਡੀ ਪਰਵਾਹ ਕਰਦੇ ਨੇ ਤੁਸੀਂ ਉਹਨਾਂ ਦੀ ਕਦਰ ਕਰੋ, ਅਤੇ ਜੋ ਤੁਹਾਡੀ ਪਰਵਾਹ ਨਹੀਂ ਕਰਦੇ ਉਹਨਾਂ ਦੀ ਆਪਣੇ ਮਨ ਦੇ ਅੰਦਰੋਂ ਜਗ੍ਹਾ ਨੂੰ ਡਿਲੀਟ ਕਰਨਾ ਸ਼ੁਰੂ ਕਰ ਦਿਓ। ਜੋ ਪਰਵਾਹ ਕਰਦੇ ਨੇ ਉਹਨਾਂ ਨੂੰ ਗਲਵੱਕੜੀ ਵਿੱਚ ਲਓ, ਉਹਨਾਂ ਦੇ ਨਾਲ ਨੇੜਤਾ ਬਣਾ ਕੇ ਰੱਖੋ। ਜੋ ਤੁਹਾਡੀ ਪਰਵਾਹ ਨਹੀਂ ਕਰਦੇ ਤੁਸੀਂ ਉਹਨਾਂ ਦੀ ਪਰਵਾਹ ਕਰਨੀ ਵੀ ਛੱਡ ਦਿਓ।
ਇਹਦੇ ਨਾਲ ਵੀ ਤੁਹਾਡੀ ਜਿਹੜੀ ਇਹ ਡਿਪਰੈਸ਼ਨ ਉਹ ਘਟੇਗੀ। ਨੰਬਰ 7 ਦੇ ਉੱਤੇ ਇਹ ਕਹਿੰਦੇ ਰਹੋ ਕਿ ਲੋਕਾਂ ਦਾ ਕੰਮ ਹੈ ਬੋਲਣਾ। ਜਦੋਂ ਕੋਈ ਤੁਹਾਡੇ ਕੰਨਾਂ ਦੇ ਅੰਦਰ ਇਸ ਤਰ੍ਹਾਂ ਦੀ ਗੱਲ ਆਣ ਕੇ ਪਾਉਂਦਾ ਹੈ ਨਾ ਕਿ ਅੱਜ ਫਲਾਣਾ ਬੰਦਾ ਤੇਰੇ ਵਾਸਤੇ ਆਹ ਬੋਲ ਰਿਹਾ ਸੀ, ਫਲਾਣਾ ਬੰਦਾ ਆਹ ਬੋਲ ਰਿਹਾ ਸੀ, ਤੁਸੀਂ ਮੁਸ਼ਕਰਾਉਂਦੇ ਹੋਏ ਇੱਕ ਗੱਲ ਦਿਓ ਜਵਾਬ ਵਿੱਚ ਕਿ ਲੋਕਾਂ ਦਾ ਕੰਮ ਹੈ ਬੋਲਣਾ, ਉਹ ਬੋਲੀ ਜਾਣ। ਮੇਰਾ ਕੰਮ ਹੈ ਜੋ ਮੈਂ ਆਪਣੀ ਜਗ੍ਹਾ 'ਤੇ ਸੱਚਾ ਹਾਂ, ਕਰ ਰਿਹਾ ਹਾਂ, ਸਹੀ ਕਰ ਰਿਹਾ ਹਾਂ, ਪਰ ਲੋਕਾਂ ਦਾ ਕੰਮ ਹੈ ਉਹਨਾਂ ਨੂੰ ਕਰਨ ਦਿਓ, ਮੈਨੂੰ ਉਹਦੇ ਵਾਸਤੇ ਟੈਨਸ਼ਨ ਨਹੀਂ ਹੈ। ਨੰਬਰ 8 ਦੇ ਉੱਤੇ ਲੋਕਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਆਪਣੇ ਮਨ ਦੇ ਉੱਤੇ ਲਾਉਣਾ ਛੱਡ ਦਿਓ। ਜਦੋਂ ਕੋਈ ਨਿੱਕੀ ਨਿੱਕੀ ਗੱਲ ਨਾ ਚਾਹੁੰਦਿਆਂ ਵੀ ਤੁਸੀਂ ਮਨ 'ਤੇ ਲਾ ਦਿੰਦੇ, ਉਹਨਾਂ 'ਤੇ ਦੁਖੀ ਤੁਸੀਂ ਹੁੰਦੇ ਹੋ, ਦੂਜੇ ਨਹੀਂ ਹੁੰਦੇ। ਜਿਹੜਾ ਦੂਜਾ ਬੰਦਾ ਚਾਹੁੰਦਾ ਹੈ ਕਿ ਤੁਹਾਨੂੰ ਦੁਖੀ ਕਰਾਂ, ਉਹ ਕੋਈ ਚੁਭਵੀਂ ਜਿਹੀ ਗੱਲ ਤੁਹਾਨੂੰ ਕਰਦਾ ਹੈ, ਤੁਸੀਂ ਪਰੇਸ਼ਾਨ ਹੋ ਜਾਂਦੇ ਹਾਂ। ਕਦੇ ਕੋਈ ਥਰਡ ਪਰਸਨ ਆਣ ਕੇ ਕੰਨਾਂ ਵਿੱਚ ਗੱਲ ਪਾਉਂਦਾ ਹੈ, ਤੁਸੀਂ ਤਾਂ ਪਰੇਸ਼ਾਨ ਹੋ ਜਾਂਦੇ ਹਾਂ। ਨਿੱਕੀਆਂ ਨਿੱਕੀਆਂ ਹਰਕਤਾਂ, ਨਿੱਕੀਆਂ ਨਿੱਕੀਆਂ ਗੱਲਾਂ, ਉਹਨਾਂ ਨੂੰ ਆਪਣੇ ਦਿਲ 'ਤੇ, ਉਹਨਾਂ ਨੂੰ ਆਪਣੇ ਮਨ 'ਤੇ ਲਾਉਣਾ ਛੱਡੋ। ਨੰਬਰ 9 ਦੇ ਉੱਤੇ ਹਰ ਪਲ ਹਰ ਚੀਜ਼ ਵਿੱਚੋਂ ਖੁਸ਼ੀ ਪੈਦਾ ਕਰਨ ਦੀ ਜਾਚ ਸਿੱਖੋ। ਜਿਵੇਂ ਬੱਚਾ ਹੁੰਦਾ ਹੈ ਨਾ, ਬੱਚਾ ਪਿਓ ਨੂੰ ਖਿਡੌਣਾ ਬਣਾ ਕੇ ਖੇਡ ਲੈਂਦਾ ਹੈ, ਮਾਂ ਨੂੰ ਖਿਡੌਣਾ ਬਣਾ ਕੇ ਖੇਡ ਲੈਂਦਾ ਹੈ। ਜਦਕਿ ਦਾੜੀ ਸਾਡੀ ਇੱਜ਼ਤ ਦਾ ਪ੍ਰਤੀਕ ਹੈ, ਬੱਚਾ ਪਿਓ ਦੀ ਦਾੜੀ ਦੇ ਨਾਲ ਵੀ ਖੇਡ ਲੈਂਦਾ ਹੈ, ਔਰ ਪਿਓ ਵੀ ਖੁਸ਼ ਹੁੰਦਾ ਹੈ ਅਤੇ ਬੱਚਾ ਵੀ ਖੁਸ਼ ਹੁੰਦਾ ਹੈ। ਨਿੱਕੀਆਂ ਨਿੱਕੀਆਂ ਚੀਜ਼ਾਂ, ਜ਼ਰੂਰੀ ਨਹੀਂ ਕਿ ਤੁਹਾਡੀ ਪ੍ਰਸੰਨਤਾ ਵਾਸਤੇ ਬਹੁਤ ਵੱਡਾ ਘਰ ਚਾਹੀਦਾ ਹੈ, ਬਹੁਤ ਵੱਡੀ ਕਾਰ ਚਾਹੀਦੀ, ਬਹੁਤ ਵੱਡਾ ਗਾਰਡਨ ਚਾਹੀਦਾ ਹੈ, ਬਹੁਤ ਵੱਡਾ ਕੋਈ ਕਾਰਖਾਨਾ ਜ਼ਮੀਨੋ ਜਾਇਦਾਦ ਚਾਹੀਦੀ ਨਹੀਂ। ਨਿੱਕੀਆਂ ਨਿੱਕੀਆਂ ਚੀਜ਼ਾਂ ਵਿੱਚੋਂ ਖੁਸ਼ੀ ਪੈਦਾ ਕਰਨ ਦੀ ਕਲਾ ਸਿੱਖੋ, ਜਿਹੜੀ ਇਹ ਕਲਾ ਹੈ ਔਰ ਬਹੁਤ ਘੱਟ ਲੋਕਾਂ ਦੇ ਕੋਲ ਹੈ। ਨੰਬਰ 10 ਦੇ ਉੱਤੇ ਜਿੱਥੇ ਵੀ ਹੋਵੋ ਸੋਚੋ ਕਿ ਜੇ ਉਹ ਸਮਾਂ ਨਹੀਂ ਰਿਹਾ ਤਾਂ ਰਹਿਣਾ ਇਹ ਵੀ ਨਹੀਂ ਜੋ ਮੇਰੇ ਕੋਲ ਅੱਜ ਹੈ। ਮੰਨ ਲਓ ਕਿ ਕਿਸੇ ਦੇ 4 ਦਿਨ ਇਸ ਤਰ੍ਹਾਂ ਦੇ ਆ ਗਏ ਜੋ ਗਮੀ ਵਾਲੇ ਦਿਨ ਨੇ, ਜੋ ਮੁਸੀਬਤ ਵਾਲੇ ਪਲ ਨੇ, ਤਾਂ ਸੋਚੋ ਕਿ ਹੇ ਖੁਦਾਵੰਦ ਕਰੀਮ, ਕਦੀ ਮੇਰੇ ਕੋਲ ਬੜੀ ਤਰ੍ਹਾਂ ਦੀ ਖੁਸ਼ੀ ਸੀ, ਕਦੀ ਮੇਰੇ ਕੋਲ ਖਾਣਾ ਪੀਣਾ ਰਹਿਣਾ ਸੌਣਾ ਸਭ ਸਾਜੋ ਸਮਾਨ ਦੇ ਅੰਬਾਰ ਸਨ, ਕੀ ਹੋਇਆ ਜੇ ਅੱਜ ਘੱਟ ਨੇ। ਜੇ ਉਹ ਨਹੀਂ ਰਹੇ ਤਾਂ ਰਹਿਣੇ ਇਹ ਵੀ ਨਹੀਂ, ਉਹ ਦਿਨ ਚਲੇ ਗਏ ਨੇ, ਇਹ ਦਿਨ ਵੀ ਚਲੇ ਜਾਣਗੇ। ਨੰਬਰ 11 ਦੇ ਉੱਤੇ ਕਦੇ ਕਦੇ ਬਹੁਤੀ ਸਿਆਣਪ ਛੱਡ ਕੇ ਆਪਣੇ ਬਚਪਨੇ ਨੂੰ ਮੋੜ ਕੇ ਵਾਪਸ ਲਿਆਓ ਅਤੇ ਆਪਣੇ ਘਰ ਦੇ ਜੀਆਂ ਦੇ ਨਾਲ, ਪਤੀ ਦੇ ਨਾਲ, ਪਤਨੀ ਦੇ ਨਾਲ, ਧੀਆਂ ਦੇ ਨਾਲ, ਪੁੱਤਾਂ ਦੇ ਨਾਲ, ਭੈਣਾਂ ਭਾਈਆਂ ਦੇ ਨਾਲ, ਮਾਂ ਬਾਪ ਦੇ ਨਾਲ ਬੱਚਿਆਂ ਵਾਂਗ ਲਾਡ ਕਰੋ, ਬੱਚਿਆਂ ਵਾਂਗ ਹੱਸੋ, ਬੱਚਿਆਂ ਵਾਂਗ ਖੇਡੋ, ਬੱਚਿਆਂ ਵਾਂਗ ਵਿਹਾਰ ਕਰੋ, ਜੋ ਤੁਹਾਡੀ ਡਿਪਰੈਸ਼ਨ ਨੂੰ ਘਟਾਉਣ ਦੇ ਅੰਦਰ ਬਹੁਤ ਵੱਡਾ ਸਹਾਇਕ ਸਾਬਤ ਹੋਵੇਗਾ। ਨੰਬਰ 12 ਦੇ ਉੱਤੇ ਹਰ ਵਕਤ ਝੂਠੀ ਸ਼ਾਨੋ ਸ਼ੌਕਤ ਵਿੱਚ ਨਾ ਰਹੋ। ਪਰਦੇ ਪਾਉਣ ਦੀ ਲੋੜ ਨਹੀਂ ਹੈ ਕਿ ਕੀ ਸੋਚੇਗਾ ਮੇਰਾ ਪਰਦਾ ਖੁੱਲ੍ਹ ਗਿਆ ਤਾਂ ਕੀ ਹੋਏਗਾ। ਹਰ ਵਕਤ ਝੂਠ ਬੋਲ ਬੋਲ ਕੇ ਝੂਠੀ ਸ਼ਾਨੋ ਸ਼ੌਕਤ ਜਿਹੜੀ ਬਣਾਈ ਹੁੰਦੀ ਹੈ ਉਹਨੂੰ ਸੰਭਾਲਣ ਦੇ ਅੰਦਰ ਨਾ ਲੱਗੇ ਰਹੋ। ਜੋ ਹੈ ਉਹ ਲੋਕਾਂ ਦੇ ਸਾਹਮਣੇ ਹੈ, ਬਿਲਕੁਲ ਪਰਦੇ ਬਣਾਉਣ ਦੀ ਲੋੜ ਨਹੀਂ। ਕੁਝ ਗੱਲਾਂ ਹੁੰਦੀਆਂ ਨੇ ਜੋ ਪਰਦੇ ਵਿੱਚ ਰਹਿਣੀਆਂ ਚਾਹੀਦੀਆਂ ਨੇ, ਪਰ ਜ਼ਮੀਨ ਜਾਇਦਾਦ ਕਾਰੋਬਾਰ ਯੇ ਵੋ ਜੋ ਹੈ ਲੋਕਾਂ ਦੇ ਸਾਹਮਣੇ ਨੰਗਾ ਹੈ, ਕਿਸੇ ਨੂੰ ਝੂਠ ਬੋਲ ਕੇ ਆਪਣੀ ਸ਼ਾਨੋ ਸ਼ੌਕਤ ਨੂੰ ਵਧਾਉਣ ਦੀ ਲੋੜ ਨਹੀਂ। ਨੰਬਰ 13 ਦੇ ਉੱਤੇ ਕੁਛ ਵੀ ਹੋਵੇ, ਦਿਨ ਕਿਸ ਤਰ੍ਹਾਂ ਦੇ ਹੋਣ, ਚੰਗੇ ਹੋਣ, ਮੰਦੇ ਹੋਣ, ਰੱਜੇ ਹੋਣ, ਭੁੱਖੇ ਹੋਣ, ਕਿਸ ਤਰ੍ਹਾਂ ਦੇ ਹੋਣ, ਤੁਹਾਡੇ ਨਾਲ ਕੋਈ ਖੜਨ ਵਾਲੇ ਬਹੁਤੇ ਜੀ ਹੈਗੇ ਨੇ ਜਾਂ ਖੜਨ ਵਾਲੇ ਸਨ ਜਿਹੜੇ ਉਹ ਦੌੜ ਗਏ ਨੇ, ਪਰ ਯਤਨ ਕਰੋ, ਇਹ ਕਲਾ ਹੈ, ਕਲਾ ਨੂੰ ਸਿੱਖਣ ਦਾ ਯਤਨ ਕਰੋ ਕਿ ਹਰ ਵਕਤ ਇੱਕ ਮਸਤੀ ਦਾ ਸਰੂਰ ਤੁਹਾਡੇ ਉੱਤੇ ਜ਼ਰੂਰ ਰਹੇ। ਮਸਤ ਰਹਿਣ ਦੀ ਆਪਣੇ ਆਪ ਨੂੰ ਆਦਤ ਪਾਓ। ਨੰਬਰ 14 ਦੇ ਉੱਤੇ ਇੱਕ ਨੁਕਤਾ ਹੈ, ਔਰ ਉਹ ਨੁਕਤਾ ਹੈ ਬੜਾ ਅਹਿਮ ਨੁਕਤਾ, ਉਹਨੂੰ ਜ਼ਰੂਰ ਆਪਣੇ ਅੰਦਰ ਸੰਭਾਲਣ ਦੀ ਕੋਸ਼ਿਸ਼ ਕਰਿਓ। ਉਹ ਨੁਕਤਾ ਹੈ ਕਿ ਜਿਹੜੀਆਂ ਵਿਅਰਥ ਦੀਆਂ ਸੋਚਾਂ ਨੇ ਨਾ, ਵਿਅਰਥ ਦੀਆਂ ਸੋਚਾਂ ਨੂੰ ਸੋਚਣਾ ਬੰਦ ਕਰੋ। ਇਹ ਵੀ ਇੱਕ ਸਮੇਂ ਦੇ ਉੱਤੇ ਆਣ ਕੇ ਤੁਹਾਡੇ ਸਿਰ ਦਾ ਬੋਝ ਬਣ ਜਾਂਦੀਆਂ ਨੇ। ਜਿਹੜੀਆਂ ਵਾਧੂ ਸੋਚਾਂ, ਬੇਅਰਥ ਸੋਚਾਂ, ਵਿਅਰਥ ਦੀਆਂ ਸੋਚਾਂ, ਇਹ ਸਵਾਏ ਬੋਝ ਦੇ ਹੋਰ ਕੁਝ ਵੀ ਨੇ। ਨੰਬਰ 15 ਦੇ ਉੱਤੇ ਇਹ ਕਿਉਂ ਨਹੀਂ ਹੋਇਆ, ਇਹ ਕਦੋਂ ਹੋਏਗਾ, ਇਹਨੂੰ ਬਹੁਤਾ ਸਮਾਂ ਲੱਗ ਜਾਏਗਾ, ਨਹੀਂ ਲੱਗ ਜਾਏਗਾ, ਇਹਨਾਂ ਗੱਲਾਂ ਦੇ ਅੰਦਰ ਨਾ ਆਪਣਾ ਬਹੁਤਾ ਸਮਾਂ ਬਰਬਾਦ ਨਾ ਕਰੋ। ਜੋ ਹੋਣਾ ਹੈ, ਜਦੋਂ ਹੋਣਾ ਹੈ, ਉਦੋਂ ਹੀ ਹੋਣਾ ਹੈ। ਤੁਸੀਂ ਆਪਣੇ ਢੰਗ ਦੇ ਨਾਲ, ਸੱਚਾਈ ਦੇ ਨਾਲ, ਇਮਾਨਦਾਰੀ ਦੇ ਨਾਲ ਮਿਹਨਤ ਕਰਦੇ ਚੱਲੋ।
ਨੰਬਰ 16 ਦੇ ਉੱਤੇ ਤੁਸੀਂ ਆਪਣੀ ਇੱਜ਼ਤ ਖੁਦ ਕਰਨ ਦੀ ਜਾਚ ਸਿੱਖੋ, ਆਪਣੇ ਆਪ ਨੂੰ ਪਿਆਰ ਕਰਨ ਦੀ।